ਕੱਲ ਸ਼ਾਮ ਹਮਿਲਟਨ ਦੇ ਵਿੱਚ ਇੱਕ ਪੰਜਾਬੀ ਪਿਓ ਨੂੰ ਉਸਤੇ ਹੀ ਪੁੱਤਰ ਨੇ ਜਿਹੜਾ ਹੈ ਉਹ ਮਾਰ ਦਿੱਤਾ ਹੈ 22 ਸਾਲ ਦਾ ਜਿਹੜਾ ਪੁੱਤਰ ਹੈ ਜਿਸ ਦੀ ਹੁਣ ਪੁਲਿਸ ਭਾਲ ਦੇ ਵਿੱਚ ਹੈਗੀ ਹੈ ਵੌਂਟਡ ਹੈ ਔਰ ਪੁਲਿਸ ਕਹਿ ਰਹੀ ਹੈ ਕਿ ਇਹ ਜਿਹੜਾ ਲੜਕਾ ਹੈਗਾ ਹੈ ਜਿਹੜਾ 22 ਸਾਲ ਦਾ ਆਦਮੀ ਹੈਗਾ ਆਰਮਡ ਹੈ ਡੇਂਜਰਸ ਹੈਗਾ ਇਸ ਨੂੰ ਅਪਰੋਚ ਨਾ ਕੀਤਾ ਜਾਏ ਟਰਾਫਾਲ加 ਡਰਾਈਵ ਔਰ ਮਰਸਟ੍ਰੀਟ ਵੈਸਟ ਦੇ ਉੱਪਰ ਇੱਕ ਅੱਜ ਸ਼ਾਮ 7:30 ਵਜੇ ਦੀ ਘਟਨਾ ਕੱਟੀ ਹੈ ਆਫੀਸਰ ਜਿਹੜੇ ਨੇ ਇੱਕ ਆਦਮੀ ਦੇ ਕੋਲ ਆਏ ਜਿਸ ਨੂੰ ਸਵियर ਇੰਜਰੀਜ਼ ਆਈਆਂ ਹੋਈਆਂ ਸੀਗੀਆਂ ਔਰ ਇਸ ਵਿਕਟਿਮ ਨੂੰ ਜਿਹੜਾ ਹੈ ਟਰਾਂਸਪੋਰਟ ਕੀਤਾ ਗਿਆ ਲੋਕਲ ਹਸਪੀਟਲ ਦੇ ਵਿੱਚ ਜਿੱਥੇ ਉਸ ਦੀ ਕੁਲਦੀਪ ਸਿੰਘ ਟੋਨੀ ਕ੍ਰੀਕ ਦਾ ਰਹਿਣ ਵਾਲਾ ਸੀਗਾ ਔਰ ਜਿਹੜਾ ਸਸਪੈਕਟ ਹੈ ਇਸ ਦਾ ਆਪਣਾ ਹੀ ਪੁੱਤਰ 22 ਸਾਲ ਦਾ ਸੁਖਰਾਜ ਚੀਮਾ ਸਿੰਘ ਹੈ ਜਿਹੜਾ ਕਿ ਵਿਕਟਿਮ ਦੱਸਿਆ ਜਾ ਰਿਹਾ ਹੈ ਚੀਮਾ ਸਿੰਘ ਜਿਹੜਾ ਹੈ ਉਹ ਵੌਂਟਡ ਸੀਗਾ ਇਨਵੈਸਟੀਗੇਟਰਸ ਵੱਲੋਂ ਔਰ ਫਰਸਟ ਡਿਗਰੀ ਮਰਡਰ ਦੇ ਚਾਰजेस ਇਸ ਤੇ ਪਰ ਲੱਗਣਗੇ ਔਰ ਇਹ ਜਿਹੜਾ ਹੈ ਉਥੋਂ ਦੀ ਗੱਡੀ ਲੈ ਕੇ ਭੱਜ ਨਿਕਲਿਆ ਹੈ ਪੁਲਿਸ ਨੇ ਦੱਸਿਆ ਕਿ ਸਸਪੈਕਟ ਵਹੀਕਲ ਜਿਹੜਾ ਹੈ ਉਹ ਇੱਕ ਰੈਂਟਲ ਕਾਰ ਸੀਗੀ ਔਰ ਉਸ ਤੇ ਸਟicker ਦੇ ਉੱਪਰ ਕੁਛ ਐਸਟਾ ਦਾ ਜਿਹੜਾ ਨਿਸ਼ਾਨ ਹੈਗਾ ਜਿਸ ਕਰਕੇ ਉਸ ਦੀ ਜਿਹੜੀ ਪਛਾਣ ਕੀਤੀ ਜਾ ਸਕਦੀ ਹੈ ਇਸ ਆਦਮੀ ਨੂੰ ਆਰਮਡ ਔਰ ਰੈਂਜਰਸ ਦੱਸਿਆ ਜਾ ਰਿਹਾ ਹੈ ਔਰ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਜੇ ਤੁਸੀਂ ਇਸ ਨੂੰ ਦੇਖਦੇ ਹੋ ਤੇ ਇਸ ਨੂੰ ਅਪਰੋਚ ਨਾ ਕੀਤਾ ਜਾਏ 911 ਕਾਲ ਕੀਤਾ ਜਾਏ ਇਸ ਦੀ ਜਿਹੜੀ ਪਿਕਚਰ ਹੈ ਉਹ ਵੀ ਰਿਲੀਜ਼ ਕਰ ਦਿੱਤੀ ਗਈ ਹੈ ਜੀ ਹਾਂ ਕੋਰ ਕਲਯੁਗ ਜਿਹੜਾ ਤੁਸੀਂ ਕਹਿੰਦੇ ਹੋ ਤੇ ਉਹ ਇਹੀ ਹੈ ਕਿ ਜਿਸ ਬੱਚੇ ਨੂੰ ਮਾਪੇ ਨੇ ਕਿੱਦਾਂ ਪਾਲਿਆ ਕਿੰਨੀਆਂ ਖੁਸ਼ੀਆਂ ਮਨਾਇਆਂ ਹੋਣਗੀਆਂ ਇਸ ਦੇ ਜੰਮਨ ਤੇ ਕਿਸ ਤਰ੍ਹਾਂ ਇਸ ਨੂੰ ਮਾਂ ਨੇ ਪਿਓ ਨੇ ਪਾਲ ਕੇ ਇਸ ਉਮਰ ਤੱਕ ਲਿਆਂਦਾ ਹੋਵੇਗਾ ਪਰ 22 ਸਾਲ ਤੱਕ ਪਹੁੰਚਦੇ ਪਹੁੰਚਦਿਆਂ ਐਸਾ ਕੀ ਹੋ ਗਿਆ ਕਿ ਇਸ ਨੇ ਆਪਣੇ ਹੀ ਪਿਤਾ ਦੀ ਇੰਨੀ નિર્ਦਇਤਾ ਦੇ ਨਾਲ ਜਾਨ ਹੀ ਲੈ ਲਈ ਜੁੜੇ ਹੋਏ ਹੋ ਤੁਸੀਂ ਰੇਡੀ ਪ੍ਰੋਗਰਾਮ ਪ੍ਰਵਾਸੀ ਨਾਲ